हाय फ्रेंड्स आज दी वीडियो ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਫਾਈਨਲੀ ਤੁਹਾਡੇ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਮੈਂ ਲੈ ਕੇ ਆ ਚੁੱਕੀ ਹਾਂ ਪੀਪੀਐਸਸੀ ਦੇ ਵੱਲੋਂ ਜਿੱਥੇ ਪੀਪੀਐਸਸੀ ਦੇ ਵੱਲੋਂ ਨਵੀਆਂ ਵੈਕੈਂਸੀ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਕਿੱਦਾਂ ਤੁਸੀਂ ਇਹਨਾਂ ਵੈਕੈਂਸੀ ਵਾਸਤੇ ਅਪਲਾਈ ਕਰਨਾ ਹੈ ਕੀ ਕੀ ਐਲੀਜੀਬਿਲਟੀ ਚ ਮੰਗੀ ਗਈ ਹੈ ਪੋਸਟਾਂ ਕਿਹੜੀਆਂ ਕਿਹੜੀਆਂ ਆ ਕਦ ਤੋਂ ਕਦ ਤੱਕ ਤੁਸੀਂ ਅਪਲਾਈ ਕਰ ਸਕਦੇ ਆ ਕੀ ਐਲੀਜੀਬਿਲਟੀ ਹੈ ਕਿੱਦਾਂ ਤੁਹਾਨੂੰ ਇਹਦੇ ਵਿੱਚ ਸਿਲੈਕਸ਼ਨ ਐਂਡ ਜੁਆਇਨਿੰਗ ਮਿਲਣ ਵਾਲੀ ਹੈ ਸਾਰੇ ਚੀਜ਼ਾਂ ਨੂੰ ਆਪਾਂ ਡਿਟੇਲ ਦੇ ਵਿੱਚ ਕਵਰ ਕਰਾਂਗੇ ਵੀਡੀਓ ਦਾ ਹਰ ਪਾਰਟ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤਾਂ ਵੀਡੀਓ ਸਟਾਰਟਿੰਗ ਤੋਂ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਸਾਰੀ ਚੀਜ਼ ਆਪਾਂ ਇਹਦੇ ਵਿੱਚ ਬਰੀਫ ਦੇ ਵਿੱਚ ਕਵਰ ਕਰਾਂਗੇ ਠੀਕ ਹੈ ਇਹ ਜਿਹੜੀ ਵੈਕੈਂਸੀਜ਼ ਆ ਪੀਪੀਐਸਸੀ ਦੀ ਬਿਲਕੁਲ ਨਵੀਆਂ ਵੈਕੈਂਸੀਜ਼ ਆ ਜਿਹੜੀ ਆਊਟ ਕੀਤੀ ਗਈਆਂ ਜਿਹਦੇ ਵਿੱਚ ਸੈਲਰੀ ਵੀ ਤੁਹਾਨੂੰ ਬਹੁਤ ਵਧੀਆ ਪੇ ਕੀਤੀ ਜਾ ਰਹੀ ਹੈ ਆਲ ਜਾਂ ਅਥੇ ਤੁਸੀਂ ਆਲ ਪੰਜਾਬ ਤੋਂ ਜਿਹੜਾ ਅਪਲਾਈ ਕਰ ਸਕਦੇ ਆ ਮਤਲਬ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਲਈ ਇਹ ਭਰਤੀ ਆ ਜਿਹੜੀ ਆਊਟ ਕਰ ਦਿੱਤੀ ਗਈਆਂ ਮੁੰਡੇ ਅਤੇ ਕੁੜੀਆਂ ਵਾਸਤੇ ਬਹੁਤ ਹੀ ਵਧੀਆ ਅਪੋਰਚ्युनिटी ਹੈ ਆਪਾਂ ਹਰ ਚੀਜ਼ ਨੂੰ ਡਿਟੇਲ ਚ ਕਵਰ ਕਰਾਂਗੇ ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਚੈਨਲ ਤੇ ਜੇਕਰ ਪਹਿਲੀ ਵਾਰ ਹੀ ਇਹ ਕੋਈ ਵੀ ਵੈਕੈਂਸੀ ਆਂਦੀ ਹੈ ਇਹਦੇ ਨਾਲ ਨਾਲ ਸੈਂਟਰਲ ਗਵਰਨਮੈਂਟ ਦੀ ਕੋਈ ਵੀ ਵੈਕੈਂਸੀ ਆਦੀ ਹੈ ਉਹਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਵੇ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਤੇ ਕਲਿੱਕ ਕਰਿਓ ਤਾਂ ਕਿ ਇਸ ਤੋਂ ਬਾਅਦ ਜਿਹੜੀ ਚੈਨਲ ਤੇ ਵੀਡੀਓ ਆਉਂਗੀ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਊਗਾ ਕਿਉਂਕਿ ਮੈਂ ਡੇਲੀ ਤੁਹਾਡੇ ਵਾਸਤੇ ਇੱਕ ਜਾਂ ਦੋ ਵੀਡੀਓ ਲੈ ਕੇ ਆਂਦੀ ਹਾਂ ਜਿੱਦਾਂ ਹੀ ਨੋਟੀਫਿਕੇਸ਼ਨ ਆਂਦਾ ਤੁਹਾਡੇ ਵਾਸਤੇ ਵੀਡੀਓ ਮੈਂ ਲੈ ਕੇ ਆ ਜਾਂਦੀ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜ਼ਿਆਦਾ ਟਾਈਮ ਹੀ ਨਹੀਂ ਲੈਂਦੇ ਸਿੱਧਾ ਆਪਾਂ PPSU ਦੀ IOE ਨਵੀਂ ਭਰਤੀ ਬਾਰੇ ਕਿਦਾਂ ਤੁਸੀਂ ਇਹਦੇ ਅਪਲਾਈ ਕਰਨਾ ਹੈ ਕੀ ਕੀ एलिजिਬਿਲਟੀ ਮੰਗੇਗੀ ਹੈ ਕਿਹੜੇ ਕਿਹੜੇ ਕੈਂਡੀਡੇਟ ਹੈ ਜਿਹੜੇ ਇਹਨਾਂ ਵੈਕੈਂਸੀਸ ਵਾਸਤੇ एलिਜੀਬਲ ਹੈ ਅਪਲਾਈ ਕਰ ਸਕਦੇ ਆ ਕਿਹਾ ਇੱਕ ਕੰਪਲੀਟ ਨੋਟੀਫਿਕੇਸ਼ਨ ਜਿਹੜਾ ਉਹ ਰਿਲੀਜ਼ ਕੀਤਾ ਗਿਆ ਹੈ ਇੱਕ ਇੱਕ ਕਰਕੇ ਸਾਰੀ ਚੀਜ਼ਾਂ ਨੂੰ ਕਵਰ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਹੈ ਔਰ ਇੱਕ ਪਿਆਰਾ ਜਿਹਾ ਲਾਈਕ ਜ਼ਰੂਰ ਕਰ ਦਿਓ ਤੁਹਾਡਾ ਇੱਕ ਲਾਈਕ ਮੋਟੀਵੇਟ ਕਰਦਾ ਹੈ ਤੁਹਾਡੇ ਵਾਸਤੇ ਨਵੇਂ-ਨਵੇਂ ਅਪਡੇਟ ਲੈ ਕੇ ਆਉਂਦਾ ਠੀਕ ਹੈ ਆਪਾਂ ਗੱਲ ਕਰਦੇ ਪਏ ਰਿਕਰੂਟਮੈਂਟ ਦੀ ਸਭ ਤੋਂ ਪਹਿਲਾਂ ਅਸੀਂ ਦੇਖੋ ਇੱਥੇ ਆ ਚੁੱਕਿਆ ਹੈ ਨੋਟੀਫਿਕੇਸ਼ਨ ਦੇ ਉੱਤੇ ਜਿਹ ਸਰਵਿਸ ਕਮਿਸ਼ਨ ਦੀ ਲੇਟੈਸਟ ਵੈਕੈਂਸੀਜ਼ ਦੇ ਬਾਰੇ ਇੱਥੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਆ ਇਹਨਾਂ ਨੇ ਸਿੱਧਾ ਇਥੇ ਮੈਂਸ਼ਨ ਕਰ ਦਿੱਤਾ ਹੈ ਪੀਪੀਐਸਸੀ ਡਿਪਾਰਟਮੈਂਟ ਨੇ ਠੀਕ ਹੈ ਜਿਹੜੀ ਨੋਟੀਫਿਕੇਸ਼ਨ ਰਿਲੀਜ਼ ਕੀਤਾ ਹੈ ਆਨਲਾਈਨ ਫਾਰਮ ਇਨਵਾਈਟਿਡ ਹੈ 300 ਪੋਸਟਾਂ ਦੇ ਲਈ ਜਿਹੜੀ ਕਿ ਗਰੁੱਪ A ਦੀਆਂ ਵੈਟਰਨਰੀ ਆਫੀਸਰਸ ਦੀਆਂ ਵੈਕੈਂਸੀਜ਼ ਨੇ ਜਿਹਨੀਆਂ ਤੁਹਾਨੂੰ ਐਨੀਮਲ ਹੈਸਬੈਂਡਰੀ ਡਿਪਾਰਟਮੈਂਟ ਦੇ ਵਿੱਚ ਵੈਕੈਂਸੀਜ਼ ਨੇ ਫਿਸ਼ਰੀ ਐਂਡ ਡਾਇਰੀ ਡਿਵੈਲਪਮੈਂਟ ਵਾਸਤੇ ਇਹਨਾਂ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਆ ਸੋ ਇਹਦੇ ਲਈ ਸਭ ਤੋਂ ਪਹਿਲਾਂ ਦੇਖੋ ਇਹਦੇ ਲਈ ਪਾਸੇ ਤੁਸੀਂ ਅਪਲਾਈ ਜਿਹੜਾ ਆਨਲਾਈਨ ਹੀ ਕਰਨਾ ਹੈ ਜਿਹੜਾ ਲਿੰਕ ਐਕਟਿਵੇਟ ਹੋ ਰਿਹਾ 1 ਮਾਰਚ 2024 ਤੋਂ ਤੁਸੀਂ ਅਪਲਾਈ ਕਰ ਸਕਦੇ ਆ 28 ਮਾਰਚ 2024 ਇਹਦੀ ਲਾਸਟ ਡੇਟ ਹੈ ਅਪਲਾਈ ਕਰਨ ਦੀ ਸੋ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀ ਐਪਲੀਕੇਸ਼ਨ ਫੀ ਦੇ ਵਾਸਤੇ ਤੁਹਾਨੂੰ ਮੇਬੀ 1 ਜਾਂ 2 ਦਿਨ ਐਕਸਟਰਾ ਮਿਲ ਜਾਣ ਜਿਹਦੇ ਵਾਸਤੇ ਤੁਸੀਂ ਜਿਹੜਾ ਪੇ ਕਰ ਸਕੋਗੇ ਹੁਣ ਸਭ ਤੋਂ ਪਹਿਲਾਂ ਇਹਦੇ ਵਿੱਚ ਗੱਲ ਆਉਂਦੀ ਹੈ ਕਿ ਜਿਹੜੀਆਂ ਗਰੁੱਪ A ਦੀਆਂ ਵੈਕੈਂਸੀਜ਼ ਵੈਟਰਨਰੀ ਆਫੀਸਰਸ ਦੀਆਂ ਆਊਟ ਕੀਤੀਆਂ ਗਈਆਂ ਹੈ ਜਿਹੜੀ ਕਿ ਡਿਪਾਰਟਮੈਂਟ ਤੁਹਾਨੂੰ অলਰੈਡੀ ਦੱਸਦਾ ਹੈ ਐਨੀਮਲ ਹਸਬੈਂਡਰੀ ਫਿਸ਼ਰੀਜ਼ ਐਂਡ ਟੈਰੀ ਡਿਵੈਲਪਮੈਂਟ ਵਾਸਤੇ ਵੈਕੈਂਸੀਜ਼ ਹੈ ਤੇ ਇਹਨਾਂ ਵਾਸਤੇ ਕੌਣ-ਕੌਣ ਕੈਂਡੀਡੇਟ ਅਪਲਾਈ ਕਰ ਸਕਦੇ ਆ ਕੀ ਕੀ ਐਲੀਜੀਬਿਲਿਟੀ ਚ ਰਹਿਣ ਵਾਲੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਇਹ ਦੀ ਗੱਲ ਕਰੀਏ ਘੱਟੋ- ਕਾ OBC ਨੂੰ 3 ਸਾਲ ਦਾ SC SC ਨੂੰ 5 ਸਾਲ ਦਾ ਬਾਕੀ ਫਰੀडम फाइਟਰ ਕੈਂਡੀਡੇਟ ਨੂੰ ਐਸ ਬਨਮਸ ਇਹਦੇ ਵਿੱਚ ਰਿਲੈਕਸੇਸ਼ਨ ਜਿਹੜਾ ਉਹ ਮਿਲ ਸਕਦਾ ਹੈ ਇਹ ਤਾਂ ਹੋ ਗਈ ਏਜ ਲਿਮਿਟ ਦੀ ਗੱਲ ਹੁਣ ਗਰੁੱਪ A ਦੀਆਂ ਵੀਕੈਂਸੀਸ ਐ ਸੈਲਰੀ ਡੈਫਿਕਲਟੀ ਤੁਹਾਡੇ ਵਿੱਚ 35400 ਪਰ ਮੰਥ ਹੋਣ ਵਾਲੀ ਹੈ ਅਗਰ ਆਪਾਂ ਇਹਦੇ ਵਿੱਚ ਗੱਲ ਕਰੀਏ ਸਿਲੇਕਸ਼ਨ ਤੁਹਾਡੀ ਕਿੱਦਾਂ ਹੋਣੀ ਹੈ ਤਾਂ ਦੇਖੋ ਇਹ ਪਰਮਾਨੈਂਟ ਵੈਕੈਂਸੀਸ ਹੈ ਪੀਪੀਐਸਸੀ ਦੇ ਵੱਲੋਂ ਤਾਂ ਡੈਫੀਨਿਟਲੀ ਤੁਹਾਡਾ ਇਹਦੇ ਵਿੱਚ ਜਿਹੜਾ ਰਿਟਰਨ ਇਗਜ਼ਾਮ ਹੋਣਾ ਲਿਆ ਉਹਦੇ ਬੇਸਿਸ ਤੇ ਤੁਹਾਡੀ ਜੀ ਸਿਲੇਕਸ਼ਨ ਐਂਡ ਜੁਆਇਨਿੰਗ ਹੋਣ ਵਾਲੀ ਹੈ ਠੀਕ ਹੈ ਤਾਂ ਜਿਹੜੀਆਂ ਵੈਕੈਂਸੀਸ ਆਊਟ ਕੀਤੀ ਗਿਆ ਆਪਾਂ ਇਹਦੇ ਦੀ ਗੱਲ ਕਰੀਏ ਏਲੀਜੀਬਿਲਟੀ ਤੇ ਜਿਹੜਾ ਵੀ ਕੈਂਡੀਡੇਟ ਨੇ ਗ੍ਰੈਜੂਏਸ਼ਨ ਰੈਲੇਵੈਂਟ ਡਿਸਪਲਿਨ ਚ ਕੀਤੀ ਆ ਉਹ ਸਾਰੇ ਕੈਂਡੀਡੇਟਸ ਚ ਅਪਲਾਈ ਕਰ ਸਕਦੇ ਆ ਮੈਂ ਤੁਹਾਨੂੰ ਨਾ ਇਹਦੀ ਡਿਟੇਲ ਇਨਫੋਰਮੇਸ਼ਨ ਜਿਹੜੀ ਆ ਆਪਣੀ ਆਫੀਸ਼ ਟੋਟਲ ਪੋਸਟਾਂ ਠੀਕ ਹੈ ਕਿਹੜੀ ਕੈਟਾਗਰੀ ਲਈ ਕਿੰਨੀਆਂ ਪੋਸਟਾਂ ਆ ਕਦ ਤੋਂ ਕਦ ਤੱਕ ਅਪਲਾਈ ਕਰ ਸਕਦੇ ਆ ਇਗਜ਼ਾਮ ਪੈਟਰਨ ਸਾਰੀ ਇਨਫੋਰਮੇਸ਼ਨ ਤੁਹਾਨੂੰ ਸਾਡੀ ਆਫੀਸ਼ਲ ਸਾਈਟ ਤੇ ਮਿਲ ਜੂਗੀ ਜਿੱਦਾਂ ਲਿੰਕ ਮੈਂ ਡਿਸਕ੍ਰਿਪਸ਼ਨ ਚ ਦੇ ਦਿੱਤਾ ਹੈ ਤੇ ਇੱਕ ਹੋਰ ਵੈਕੈਂਸੀਜ਼ ਆ ਨੋਟੀਫਿਕੇਸ਼ਨ ਜਿਹੜਾ ਆਊਟ ਕਰ ਦਿੱਤਾ ਗਿਆ ਹੈ ਜਿਹਦੇ ਵਿੱਚ 4500 ਪਲੱਸ ਵੈਕੈਂਸੀਜ਼ ਹੈ ਉਹਦੇ ਲਈ ਵੀ ਨੈਕਸਟ ਵੀਡੀਓ ਆ ਰਹੀ ਹੈ ਕੱਲ ਆਜੇਗੀ ਚੈਨਲ ਤੇ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਕੋ ਜਰੂਰ ਪ੍ਰੈਸ ਕਰ ਲਿਓ ਤਾਂ ਚਲੋ ਅੱਜ ਲਈ ਐਨ ਨਹੀਂ ਅਗਲੀ ਵੀਡੀਓ 'ਚ ਮਿਲਾਂਗੇ ਧੰਨਵਾਦ